ਸਤਿ ਸ਼੍ਰੀ ਅਕਾਲ, ਮੈਂ ਦਵਿੰਦਰ ਸਿੰਘ ਅਤੇ ਤੁਸੀਂ ਦੇਖ ਰਹੇ ਹੋ ABP ਸਾਂਝਾ। ਨਵਜੋਤ ਸਿੰਘ ਸਿੱਧੂ ਜਲਦ ਜੇਲ੍ਹ ਦੇ ਵਿੱਚੋਂ ਰਿਹਾਅ ਹੋ ਸਕਦੇ ਨੇ। ਪਟਿਆਲਾ ਜੇਲ੍ਹ ਅਥਾਰਟੀ ਮੁਤਾਬਕ ਸਿੱਧੂ ਦਾ ਨਾਮ ਚੰਗੇ ਵਿਵਹਾਰ ਵਾਲੇ ਕੈਦੀਆਂ ਦੀ ਸੂਚੀ ਦੇ ਵਿੱਚ ਪਾਇਆ ਗਿਆ ਹੈ। ਨਤੀਜਾ ਸਿੱਧੂ ਦੀ ਰਿਹਾਈ ਸਮੇਂ ਤੋਂ ਪਹਿਲਾਂ ਹੋ ਸਕਦੀ ਹੈ। ਨਵਜੋਤ ਸਿੰਘ ਸਿੱਧੂ ਰੋਡਰੇਜ ਮਾਮਲੇ ਦੇ ਵਿੱਚ 1 ਸਾਲ ਦੀ ਸਜ਼ਾ ਕੱਟ ਰਹੇ ਨੇ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਜਲਦ ਜੇਲ੍ਹ ਵਿੱਚੋਂ ਰਿਹਾ ਹੋ ਸਕਦੇ ਨੇ। ਰੋਡਰੇਜ ਮਾਮਲੇ ਵਿੱਚ ਪਟਿਆਲਾ ਜੇਲ੍ਹ 'ਚ 1 ਸਾਲ ਦੀ ਸਜ਼ਾ ਕੱਟ ਰਹੇ ਨਵਜੋਤ ਸਿੱਧੂ ਨੂੰ ਗਣਤੰਤਰ ਦਿਹਾੜੇ ਮੌਕੇ 26 ਜਨਵਰੀ 2023 ਨੂੰ ਰਿਹਾ ਕੀਤਾ ਜਾ ਸਕਦਾ ਹੈ। 34 ਸਾਲ ਪੁਰਾਣੇ ਰੋਡਰੇਜ ਕੇਸ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਸੁਪਰੀਮ ਕੋਰਟ ਨੇ 19 ਮਈ 2022 ਨੂੰ 1 ਸਾਲ ਦੀ ਸਜ਼ਾ ਸੁਣਾਈ ਸੀ। 20 ਮਈ 2022 ਨੂੰ ਸਿੱਧੂ ਨੇ ਪਟਿਆਲਾ ਅਦਾਲਤ ਵਿੱਚ ਸਰੈਂਡਰ ਕਰ ਦਿੱਤਾ ਸੀ ਅਤੇ ਨਵਜੋਤ ਸਿੱਧੂ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ ਸੀ। ਹੁਣ ਚਰਚਾ ਹੈ ਕਿ ਨਵਜੋਤ ਸਿੱਧੂ ਨੂੰ 26 ਜਨਵਰੀ 2023 ਨੂੰ ਰਿਹਾਈ ਮਿਲ ਸਕਦੀ ਹੈ। ਇਸ ਦਾ ਕਾਰਨ ਹੈ ਕਿ ਪਟਿਆਲਾ ਜੇਲ੍ਹ ਅਥਾਰਟੀ ਨੇ ਨਵਜੋਤ ਸਿੱਧੂ ਦਾ ਨਾਮ ਚੰਗੇ ਵਿਵਹਾਰ ਵਾਲੇ ਕੈਦੀਆਂ ਦੀ ਸੂਚੀ ਵਿੱਚ ਪਾਇਆ ਹੈ। ਪਟਿਆਲਾ ਜੇਲ੍ਹ ਦੇ ਸੁਪਰਡੈਂਡੈਂਟ ਨੇ ਜੋ ਜਾਣਕਾਰੀ ਦਿੱਤੀ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਨਾਂ ਗੁੱਡ ਕੰਡਕਟ ਪ੍ਰਿਜ਼ਨਰਸ ਜਿਹੜੇ ਨੇ, ਜਿਹੜੇ ਚੰਗੇ ਵਿਵਹਾਰ ਵਾਲੇ ਪ੍ਰਿਜ਼ਨਰਸ ਹੁੰਦੇ ਨੇ, ਉਹਨਾਂ ਦੀ ਲਿਸਟ ਦੇ ਵਿੱਚ ਪਾਇਆ ਹੈ, ਜਿਨ੍ਹਾਂ ਨੂੰ ਪਹਿਲਾਂ ਹੀ ਰਿਹਾਈ ਜਿਹੜੀ ਹੈ ਜਿਨ੍ਹਾਂ ਦੀ ਹੋ ਸਕਦੀ ਹੈ। ਦੱਸ ਦਈਏ ਕਿ ਜਨਵਰੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ 8 ਮਹੀਨੇ ਹੋਣਗੇ ਅਤੇ ਜੋ ਜਾਣਕਾਰੀ ਆ ਰਹੀ ਹੈ ਕਿ 26 ਜਨਵਰੀ ਦੇ ਮੌਕੇ ਜਿਹੜੀ ਹੈ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਜਿਹੜੀ ਹੈ ਜੇਲ੍ਹ ਤੋਂ ਹੋ ਸਕਦੀ ਹੈ। ਹਾਲਾਂਕਿ ਨਵਜੋਤ ਸਿੱਧੂ ਦੀ 1 ਸਾਲ ਦੀ ਸਜ਼ਾ ਮਈ 2023 ਵਿੱਚ ਪੂਰੀ ਹੋਣੀ ਹੈ। 26 ਜਨਵਰੀ 2023 ਨੂੰ ਨਵਜੋਤ ਸਿੱਧੂ ਨੂੰ 1 ਸਾਲ ਦੀ ਸਜ਼ਾ ਕੱਟਦਿਆਂ ਕਰੀਬ 8 ਮਹੀਨੇ ਹੋ ਜਾਣਗੇ। ਲਗਭਗ 4 ਮਹੀਨੇ ਪਹਿਲਾਂ ਸਿੱਧੂ ਦੀ ਰਿਹਾਈ ਲਈ ਕਈ ਸ਼ਰਤਾਂ ਨੂੰ ਆਧਾਰ ਬਣਾਇਆ ਗਿਆ, ਜਿਵੇਂ ਕਿ ਸੰਗੀਨ ਅਪਰਾਧ 'ਚ ਦੋਸ਼ੀ ਨਹੀਂ ਅਤੇ ਜੇਲ੍ਹ ਵਿੱਚ ਵਿਵਹਾਰ ਚੰਗਾ ਰਿਹਾ। ਪਟਿਆਲਾ ਜੇਲ੍ਹ ਦੇ ਜਿਹੜੇ ਸੁਪਰਡੈਂਡੈਂਟ ਨੇ ਮਨਜੀਤ ਸਿੰਘ ਟਿਵਾਣਾ ਨੇ ਜਾਣਕਾਰੀ ਦਿੱਤੀ ਹੈ ਕਿ ਕਿਸੇ ਵੀ ਤਰ੍ਹਾਂ ਦੇ ਜੁਰਮ ਦੇ ਵਿੱਚ ਜਿਹੜਾ ਹੈ ਜੇਲ੍ਹ ਦੇ ਵਿੱਚ ਨਵਜੋਤ ਸਿੰਘ ਸਿੱਧੂ ਉਹ ਇਨਵੋਲਵ ਨਹੀਂ ਨੇ ਅਤੇ ਟਾਈਮ ਤੋਂ ਪਹਿਲਾਂ ਰਿਹਾਈ ਵਾਲੀ ਕੈਦੀਆਂ ਵਾਲੀ ਜਿਹੜੀ ਲਿਸਟ ਮੰਗੀ ਸੀਗੀ ਉਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਵੀ ਨਾਂ ਹੈ ਅਤੇ 26 ਜਨਵਰੀ ਜਿਹੜੀ ਹੈ ਰਿਪਬਲਿਕ ਡੇ ਦੇ ਮੌਕੇ 'ਤੇ ਨਵਜੋਤ ਸਿੰਘ ਸਿੱਧੂ 8 ਮਹੀਨੇ ਬਾਅਦ ਜਿਹੜੇ ਨੇ ਉਹ ਪਟਿਆਲਾ ਜੇਲ੍ਹ ਤੋਂ ਬਾਹਰ ਆ ਸਕਦੇ ਨੇ। ਹੁਣ ਸਵਾਲ ਇਹ ਹੈ ਕਿ ਜਦੋਂ ਨਵਜੋਤ ਸਿੰਘ ਸਿੱਧੂ ਜੇਲ੍ਹ ਤੋਂ ਰਿਹਾ ਹੋਣਗੇ ਤਾਂ ਅੱਗੇ ਉਹਨਾਂ ਦੀ ਸਿਆਸੀ ਭੂਮਿਕਾ ਕੀ ਹੋਵੇਗੀ, ਕਿਉਂਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਰਾਜਾ ਵੜਿੰਗ ਨੂੰ ਬਣੇ ਹੋਏ ਅਜੇ ਕੋਈ ਬਹੁਤਾ ਵਕਤ ਨਹੀਂ ਹੋਇਆ। 2022 ਦੀ ਵਿਧਾਨ ਸਭਾ ਚੋਣ ਵਿੱਚ ਹਾਰ ਕਾਰਨ ਸਿੱਧੂ ਨੂੰ ਵਿਰੋਧੀ ਧਿਰ ਦੇ ਲੀਡਰ ਦੀ ਭੂਮਿਕਾ ਵੀ ਨਹੀਂ ਮਿਲ ਸਕਦੀ। ਅਜੇ 'ਚ ਸਵਾਲ ਇਹ ਹੈ ਕਿ ਕਾਂਗਰਸ ਵਿੱਚ ਸਿੱਧੂ ਦੀ ਭੂਮਿਕਾ ਕੀ ਹੋਵੇਗੀ। ਜੇ ਪ੍ਰਧਾਨਗੀ ਨਹੀਂ ਮਿਲੇਗੀ ਤਾਂ ਕੀ ਫਿਰ ਦਿੱਲੀ ਵਿੱਚ ਕੋਈ ਰੋਲ ਮਿਲ ਸਕਦਾ ਹੈ? ਪਰ ਇੱਥੇ ਪੇਚ ਇਹ ਹੈ ਕਿ ਸਿੱਧੂ ਦਿੱਲੀ ਜਾਣਾ ਨਹੀਂ ਚਾਹੁੰਦੇ। ਜੇਕਰ ਕਾਂਗਰਸ ਦੇ ਵਿੱਚ ਕੋਈ ਸਹੀ ਥਾਂ ਨਹੀਂ ਮਿਲਦੀ ਤਾਂ ਫਿਰ ਸਿੱਧੂ ਕੋਲ ਜਿੱਤੇਗਾ ਪੰਜਾਬ ਦਾ ਬਦਲ ਹੋਵੇਗਾ। ਚੈਲੇਂਜਸ ਕਈ ਹੈ, ਕਿਆ ਇਹਨਾਂ ਚੈਲੇਂਜਸ ਨੂੰ ਪੂਰਾ ਜਾਂ ਟਾਈਮ ਆਉਣ ਤੱਕ ਨਵਜੋਤ ਸਿੰਘ ਸਿੱਧੂ ਨੂੰ ਹਾਈਕਮਾਂਡ ਰੋਕ ਪਾਏਗੀ? ਅਗਰ ਹਾਈਕਮਾਂਡ ਰੋਕ ਲਏਗੀ, ਐਸ਼ੋਰ ਕਰ ਦੇਗੀ, ਪ੍ਰਿਯੰਕਾ ਜੀ ਬੁਲਾ ਲੈਣ, ਰਾਹੁਲ ਜੀ ਬੁਲਾ ਲੈਣ, ਸੋਨੀਆ ਜੀ ਬੁਲਾ ਲੈਣ, ਤਾਂ ਮੈਨੂੰ ਲੱਗਦਾ ਨਵਜੋਤ ਸਿੰਘ ਸਿੱਧੂ 2 ਵਾਰ ਸੋਚ ਵੀ ਲੈਣਗੇ। ਲੇਕਿਨ ਜੇ ਉਹਨਾਂ ਨੇ ਨਹੀਂ ਬੁਲਾਇਆ ਫਿਰ ਮੈਨੂੰ ਪਤਾ ਕਿ ਨਵਜੋਤ ਸਿੰਘ ਸਿੱਧੂ ਨੇ ਫਿਰ ਬਹੁਤਾ ਸੋਚਣਾ ਨਹੀਂ ਹੈ। ਔਰ ਸੋਚਣ ਨਾ ਤੋਂ ਇਲਾਵਾ ਉਹ ਕਿਸੇ ਪਾਰਟੀ 'ਚ ਦੇਖੋ ਬਚਿਆ ਕੀ ਆਪਸ਼ਨ? BJP, ਅਕਾਲੀ ਦਲ, ਇਹਦੇ 'ਚ ਤਾਂ ਜਾਣ ਤੁਰੇ। ਕਾਂਗਰਸ 'ਚੋਂ ਹੈ ਜਾਂ ਫਿਰ ਉਹਨਾਂ ਕੋਲ ਆਪਸ਼ਨ ਬਣਦਾ ਆਪਣਾ ਜਿੱਤੇਗਾ ਪੰਜਾਬ। ਸੋ ਮੈਨੂੰ ਇਹ ਲੱਗਦਾ ਕਿ ਬਾਕੀ ਪਾਰਟੀਆਂ 'ਚ ਜਾਣ ਦੀ ਬਜਾਏ ਨਵਜੋਤ ਸਿੰਘ ਸਿੱਧੂ ਇਹ ਸੋਚਣਗੇ ਕਿ ਮੈਂ ਆਪਣਾ ਰਸਤਾ ਆਪਣੇ ਹਿਸਾਬ ਨਾਲ ਆਪ ਬਣਾਵਾਂ। ਪਰ ਉਹਦੇ 'ਚ ਸਕਸੈਸ ਲਈ ਉਹਨਾਂ ਦੇ ਅੱਗੇ ਬਹੁਤ ਵੱਡੇ ਚੈਲੇਂਜ, ਬਹੁਤ ਦੁਸ਼ਵਾਰੀਆਂ, ਬਹੁਤ ਮੁਸ਼ਕਿਲਾਂ ਖੜੀਆਂ ਹੋਣਗੀਆਂ। ਲੇਕਿਨ ਜੇਲ੍ਹ ਤੋਂ ਆਉਣ ਤੋਂ ਬਾਅਦ 2-3 ਚੀਜ਼ਾਂ 'ਤੇ ਡਿਪੈਂਡ ਕਰਦਾ, ਕਾਂਗਰਸ ਉਹਨਾਂ ਨੂੰ ਕੀ ਔਫਰ ਦਿੰਦੀ ਹੈ, ਕੀ ਇਸਤੇਮਾਲ ਕਰਦੀ ਹੈ, ਕਿੰਨੀ ਇਜਾਜ਼ਤ ਦਿੰਦੀ ਹੈ। ਦੂਜੀ ਗੱਲ ਇਹ ਕਿ ਗਾਂਧੀ ਪਰਿਵਾਰ ਉਹਨਾਂ ਨੂੰ ਕਿੰਨੀ ਵੇਟੇਜ ਦਿੰਦਾ, ਖੜਗੇ ਸਾਹਿਬ ਉਹਨਾਂ ਨੂੰ ਬੁਲਾ ਕੇ ਕੀ ਕਹਿੰਦੇ ਆ, ਕਿਆ ਗਾਂਧੀ ਪਰਿਵਾਰ ਔਰ ਖੜਗੇ ਸਾਹਿਬ ਮਿਲ ਕੇ ਕੋਈ ਨਵਜੋਤ ਸਿੰਘ ਸਿੱਧੂ ਲਈ ਰੋਲ ਤਲਾਸ਼ ਕਰ ਸਕਦੇ ਆ? ਇਹਨਾਂ ਸਭ ਚੀਜ਼ਾਂ 'ਤੇ ਡਿਪੈਂਡ ਕਰੇਗਾ। ਸਿਆਸੀ ਪਿੱਚ 'ਤੇ ਸਿੱਧੂ ਦਾ ਅਗਲਾ ਸ਼ਾਟ ਕੀ ਹੋਵੇਗਾ ਇਹ ਕਾਂਗਰਸ ਹਾਈਕਮਾਂਡ 'ਤੇ ਕਾਫੀ ਨਿਰਭਰ ਕਰਦਾ ਹੈ। ਪਰ ਜਦੋਂ ਪੰਜਾਬ ਇੰਚਾਰਜ ਹਰੀਸ਼ ਚੌਧਰੀ ਨੂੰ ਸਿੱਧੂ ਦੇ ਸਿਆਸੀ ਭਵਿੱਖ ਬਾਰੇ ਸਵਾਲ ਹੋਇਆ ਤਾਂ ਉਹ ਟਾਲਾ ਵੱਟ ਗਏ। तो उनसे पूछे, मैं ऑफिशियली तो इस चीज बारे के अंदर कोई चीज है नहीं, अगर कोई ऐसी होगी तो आपके माध्यम से बिल्कुल आपको साझा करेंगे।
इंचार्ज ने टाल मटोल किया तो नवजोत सिंह सिद्धू नूं जेल तो आउंदिआं किसे वड्डी जिम्मेवारी लई भेजी गई चिट्ठी ते कहा सानूं पंजाब कांग्रेस प्रधान ने बेबुनियाद करार दिता। ਨਾ ਕਿਸੇ ਨੇ ਲੈਟਰ ਵੇਖਿਆ, ਨਾ ਬਣਾਇਆ, ਨਾ ਕੀਤਾ। ਅਗਲਾ ਕਹਿੰਦਾ ਅੱਜ ਦੀ ਖਬਰ ਇਹ ਚੱਲ ਜੂਗੀ ਕਿ ਚਿੱਠੀ ਗਈ। ਕਿਸੇ ਨੂੰ ਵੀ ਕਿਸੇ ਨੂੰ ਵੱਡਾ ਅਹੁਦਾ ਮਿਲਦਾ ਹੈ, ਨਾ ਕੇਵਲ ਨਵਜੋਤ ਸਿੱਧੂ ਨੂੰ। ਰਾਜਾ ਵੜਿੰਗ ਨੂੰ ਸਵੇਰੇ ਪੰਜਾਬ ਦੀ ਪ੍ਰਧਾਨਗੀ ਤੋਂ ਜਾ ਕੇ ਕਿਸੇ ਨੂੰ ਹੋਰ ਕੋਈ ਭਾਏਗਾ ਤਾਂ ਰਾਜਾ ਵੜਿੰਗ ਵੈਲਕਮ ਕਰੇਗਾ। ਉਹ ਡਿਸਿਪਲਿਨ ਸਿਪਾਹੀ ਹੈ, ਨਾ ਕਿ ਪ੍ਰਧਾਨਗੀ ਤੋਂ ਕਿਸੇ ਨੂੰ ਲਾਤਾ ਤਾਂ ਉਹ ਕਿਸੇ ਦੇ ਖਿਲਾਫ ਬੋਲੀ। ਸਿੱਧੂ ਆਪਣੀਆਂ ਬੇਬਾਕ ਤਕਰੀਰਾਂ ਅਤੇ ਬਿੰਦਾਸ ਵਿਚਾਰਾਂ ਲਈ ਜਾਣੇ ਜਾਂਦੇ ਨੇ। ਪਾਕਿਸਤਾਨ ਦੇ ਸਾਬਕਾ ਪੀਐਮ ਇਮਰਾਨ ਖਾਨ ਨਾਲ ਦੋਸਤੀ ਹੋਵੇ ਜਾਂ ਫਿਰ ਕਰਤਾਰਪੁਰ ਲਾਂਘਾ ਖਲਵਾਉਣ ਸਮੇਂ ਤਤਕਾਲੀ ਪਾਕਿਸਤਾਨੀ ਆਰਮੀ ਚੀਫ ਬਾਜਵਾ ਨੂੰ ਪਾਈ ਜੱਫੀ ਦਾ ਵਿਵਾਦ ਹੋਵੇ। ਕਾਂਗਰਸ ਵਿੱਚ ਸਿੱਧੂ ਦਾ ਸਿਆਸੀ ਕਲੇਸ਼ ਵੀ ਕਿਸੇ ਤੋਂ ਲੁਕਿਆ ਛੁਪਿਆ ਨਹੀਂ। ਚਾਹੇ ਸਾਬਕਾ ਸੀਐਮ ਚੰਨੀ ਹੋਣ ਜਾਂ ਫਿਰ ਕੈਪਟਨ, ਦੋਵਾਂ ਨਾਲ ਸਿੱਧੂ ਦੀ ਨਹੀਂ ਬਣੀ। ਖਾਸ ਗੱਲ ਇਹ ਹੈ ਕਿ ਸਿੱਧੂ ਨੇ ਕਿਸੇ ਵੀ ਮਸਲੇ ਨੂੰ ਖੁਦ ਉੱਪਰ ਹਾਵੀ ਨਹੀਂ ਹੋਣ ਦਿੱਤਾ। ਪਰ ਹੁਣ ਮਹੱਤਵਪੂਰਨ ਇਹ ਹੈ ਕਿ ਜਦੋਂ ਪੰਜਾਬ 'ਚ ਕਾਂਗਰਸ ਦੀ ਸਥਿਤੀ ਕੋਈ ਜ਼ਿਆਦਾ ਵਧੀਆ ਨਹੀਂ ਅਤੇ ਸਿੱਧੂ ਦਾ ਪਾਰਟੀ ਦੇ ਲੀਡਰਾਂ ਨਾਲ ਵੀ ਤਾਲਮੇਲ ਚੰਗਾ ਨਹੀਂ, ਅਜਿਹੇ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੋਣਗੀਆਂ। ਫਿਲਹਾਲ ਹੁਣ ਸਮਾਂ ਇੱਕ ਬ੍ਰੇਕ ਦਾ ਅਤੇ ਬ੍ਰੇਕ ਤੋਂ ਬਾਅਦ ਜਾਣਾਂਗੇ ਨਵਜੋਤ ਸਿੱਧੂ ਨੂੰ ਜੇਲ੍ਹ ਕਿਉਂ ਜਾਣਾ ਪਿਆ। ਰੋਡਰੇਜ ਮਾਮਲੇ ਦੇ ਵਿੱਚ 19 ਮਈ 2022 ਨੂੰ ਸੁਪਰੀਮ ਕੋਰਟ ਨੇ ਨਵਜੋਤ ਸਿੱਧੂ ਨੂੰ 1 ਸਾਲ ਦੀ ਸਜ਼ਾ ਸੁਣਾਈ ਸੀ। 20 ਮਈ 2022 ਨੂੰ ਨਵਜੋਤ ਸਿੰਘ ਸਿੱਧੂ ਨੇ ਸਰੈਂਡਰ ਕਰ ਦਿੱਤਾ ਸੀ। ਨਵਜੋਤ ਸਿੰਘ ਸਿੱਧੂ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਨੇ। ਇਸ ਪੂਰੇ ਮਾਮਲੇ ਦੇ ਬਾਰੇ ਜਾਣਦੇ ਹਾਂ। ਨਵਜੋਤ ਸਿੰਘ ਸਿੱਧੂ ਉਹ ਚਿਹਰਾ ਜਿਹੜਾ ਹਮੇਸ਼ਾ ਚਰਚਾ ਵਿੱਚ ਰਿਹਾ ਹੈ, ਚਾਹੇ ਸਿੱਧੂ ਦੇ ਬਿਆਨ ਹੋਣ ਜਾਂ ਫਿਰ ਖੇਡ ਤੋਂ ਲੈ ਕੇ ਨਿੱਜੀ ਜੀਵਨ ਸਣੇ ਸਿਆਸਤ ਵਿੱਚ ਉਠਾਏ ਗਏ ਕਦਮ ਹੋਣ, ਨਤੀਜਾ ਸਿੱਧੂ ਨਾਲ ਵਿਵਾਦ ਜੁੜੇ। ਅਜਿਹਾ ਹੀ ਇੱਕ ਪੁਰਾਣਾ ਵਿਵਾਦ ਸਿੱਧੂ ਨਾਲ 1988 ਵਿੱਚ ਜੁੜਿਆ ਸੀ, ਜਿਸ ਵਿੱਚ ਸੁਪਰੀਮ ਕੋਰਟ ਨੇ ਸਿੱਧੂ ਨੂੰ 1 ਸਾਲ ਦੀ ਸਜ਼ਾ ਸੁਣਾਈ। ਪੂਰਾ ਮਾਮਲਾ 27 ਦਸੰਬਰ 1988 ਦਾ ਹੈ। ਪਟਿਆਲਾ 'ਚ ਪਾਰਕਿੰਗ ਨੂੰ ਲੈ ਕੇ ਬਹਿਸ ਹੋਈ ਸੀ। 60 ਸਾਲ ਦੇ ਗੁਰਨਾਮ ਸਿੰਘ ਨਾਲ ਬਹਿਸਬਾਜ਼ੀ ਹੋਈ ਸੀ। ਇਲਜ਼ਾਮ ਲਈ ਸਿੱਧੂ ਨੇ ਗੁਰਨਾਮ ਦੇ ਮੁੱਕਾ ਮਾਰਿਆ ਸੀ। ਜ਼ਖਮੀ ਗੁਰਨਾਮ ਦੀ ਹਸਪਤਾਲ 'ਚ ਮੌਤ ਹੋ ਗਈ ਸੀ। ਸਿੱਧੂ ਅਤੇ ਉਹਨਾਂ ਦੇ ਦੋਸਤ ਰੁਪਿੰਦਰ ਖਿਲਾਫ ਕੇਸ ਦਰਜ ਹੋਇਆ। ਗੈਰ ਇਰਾਦਾਤਨ ਹੱਤਿਆ ਦਾ ਕੇਸ ਦਰਜ ਹੋਇਆ ਸੀ। 1999 'ਚ ਸੈਸ਼ਨ ਕੋਰਟ ਨੇ ਸਿੱਧੂ ਨੂੰ ਬਰੀ ਕਰ ਦਿੱਤਾ ਸੀ। ਪੀੜਤ ਧਿਰ ਸੈਸ਼ਨ ਕੋਰਟ ਦੇ ਫੈਸਲੇ ਖਿਲਾਫ ਹਾਈ ਕੋਰਟ ਗਈ ਸੀ। 2006 'ਚ ਹਾਈ ਕੋਰਟ ਨੇ ਸਿੱਧੂ ਨੂੰ 3 ਸਾਲ ਦੀ ਸਜ਼ਾ ਸੁਣਾਈ ਸੀ। 2004 ਤੋਂ ਸਿੱਧੂ ਅੰਮ੍ਰਿਤਸਰ ਤੋਂ MP ਸਨ, ਪਰ ਅਸਤੀਫਾ ਦੇਣਾ ਪਿਆ। ਸਿੱਧੂ ਨੂੰ ਸਰੈਂਡਰ ਕਰਨਾ ਪਿਆ ਅਤੇ ਪਟਿਆਲਾ ਜੇਲ੍ਹ ਭੇਜਿਆ। ਹਾਈ ਕੋਰਟ ਦੇ ਫੈਸਲੇ ਖਿਲਾਫ ਸਿੱਧੂ ਸੁਪਰੀਮ ਕੋਰਟ ਚਲੇ ਗਏ। ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ ਉੱਪਰ ਰੋਕ ਲਾ ਦਿੱਤੀ। ਸਿੱਧੂ ਨੇ 2007 'ਚ ਅੰਮ੍ਰਿਤਸਰ ਤੋਂ ਲੋਕ ਸਭਾ ਦੀ ਜ਼ਿਮਨੀ ਚੋਣ ਲੜੀ ਅਤੇ ਜਿੱਤੀ। ਸੁਪਰੀਮ ਕੋਰਟ ਵਿੱਚ ਇਹ ਕੇਸ ਚੱਲਦਾ ਰਿਹਾ। ਮਈ 2018 'ਚ ਸੁਪਰੀਮ ਕੋਰਟ ਨੇ ਸਿੱਧੂ ਨੂੰ ਧਾਰਾ 304 IPC ਤੋਂ ਬਰੀ ਕਰ ਦਿੱਤਾ ਸੀ। ਸੁਪਰੀਮ ਕੋਰਟ ਨੇ IPC ਦੀ ਧਾਰਾ 323 'ਚ ਚੋਟ ਪਹੁੰਚਾਉਣ ਦੇ ਮਾਮਲੇ ਵਿੱਚ ਸਿੱਧੂ ਨੂੰ ਦੋਸ਼ੀ ਠਹਿਰਾਇਆ ਸੀ। 2018 'ਚ ਸੁਪਰੀਮ ਕੋਰਟ ਨੇ ਸਿੱਧੂ ਨੂੰ ਸਿਰਫ 1,000 ਰੁਪਏ ਦਾ ਜੁਰਮਾਨਾ ਲਾਇਆ ਸੀ। ਸੁਪਰੀਮ ਕੋਰਟ ਦੇ ਇਸ ਫੈਸਲੇ ਖਿਲਾਫ ਪੀੜਤ ਪਰਿਵਾਰ ਨੇ ਪੁਨਰ ਵਿਚਾਰ ਪਟੀਸ਼ਨ ਦਾਖਲ ਕੀਤੀ ਸੀ, ਜਿਸ ਨੂੰ ਕੋਰਟ ਨੇ ਸਵੀਕਾਰ ਕਰ ਲਿਆ ਸੀ। ਅਖੀਰ 19 ਮਈ 2022 ਨੂੰ ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿੱਚ ਸਿੱਧੂ ਨੂੰ 1 ਸਾਲ ਦੀ ਸਜ਼ਾ ਸੁਣਾਈ। ਇੱਥੇ ਇੱਕ ਹੋਰ ਬ੍ਰੇਕ ਲਈ ਰੁਕਦੇ ਹਾਂ ਅਤੇ ਬ੍ਰੇਕ ਤੋਂ ਬਾਅਦ ਸਿਕਸਰ ਸਿੱਧੂ ਦੀ ਗੱਲ ਕਰਾਂਗੇ।
नवजोत सिंह सिद्धू का क्रिकेट करियर भी शानदार रहा है। उन्होंने सिक्सर सिद्धू के नाम नाल जाने गया। उन्होंने इस सफर की भी गल करते हैं। यह सफर 1983 तो लैके 1999 तक का है। जिस समय नवजोत सिद्धू खिलाफ रोड रेज का केस दर्ज होया सी, उस वेले सिद्धू अपने क्रिकेट करियर विच भी एक्टिव सन। नवजोत सिद्धू 1983 तो 1999 तक भारत की क्रिकेट टीम का हिस्सा रहे। 12 नवंबर 1983 विच सिद्धू ने वेस्ट इंडीज़ के खिलाफ टेस्ट के जरिए अपना इंटरनेशनल डेब्यू किया। सिद्धू ने 1987 वर्ल्ड कप विच ऑस्ट्रेलिया के खिलाफ मुकाबले तो अपना वनडे इंटरनेशनल डेब्यू किया। अपने वनडे डेब्यू उत्ते नवजोत सिंह सिद्धू ने शानदार 73 रनों की पारी खेडी सी। खास गल यह है कि 1987 के विश्व कप विच नवजोत सिद्धू नूं 5 मौक्यां उत्ते बैटिंग करन दा मौका मिलिया सी। इत्थे उह 4 वार अर्ध सैकड़ा बनाउण विच सफल रहे। वनडे क्रिकेट विच नवजोत सिंह सिद्धू अपने लंबे लंबे सिक्स जड़न दे लई जाने जांदे रहे। यही वजह सी कि उन्हां नूं सिक्सर सिद्धू की उपाधि दित्ती गई। 51 टेस्ट मैच अते 136 वनडे अंतरराष्ट्रीय मैच खेडे। 42.13 की औसत नाल 3202 रन बनाए। टेस्ट मैचों च 9 सैकड़े अते 15 अर्ध सैकड़े शामिल रहे। 1997 च वेस्ट इंडीज खिलाफ टेस्ट मैच च 201 बेस्ट स्कोर रहा। वनडे मैचों च 37.08 औसत नाल 4413 रन बनाए। वनडे मैचों च 6 सैकड़े अते 33 अर्ध सैकड़े बनाए। 1993 च इंग्लैंड खिलाफ वनडे मैच च नाबाद 134 बेस्ट स्कोर रहा। 20 सितंबर 1998 नूं पाकिस्तान के खिलाफ सिद्धू ने अपना अंतिम वनडे खेडिया सी। सिद्धू ने अपने करियर का आखिरी टेस्ट मैच न्यूजीलैंड के खिलाफ 6 जनवरी 1999 नूं खेडिया। साल 1999 विच ही सिद्धू ने क्रिकेट नूं अलविदा कह दिता। क्रिकेट तो रिटायरमेंट के बाद सिद्धू ने कमेंटेटर के तौर उत्ते अपनी पहचान बनाई। पाकिस्तान विच कमेंटरी करते समय नवजोत सिद्धू नूं बीजेपी वालों अमृतसर तो लोक सभा की टिकट ऑफर की गई। सिद्धू ने इत्थे अपनी सहमति दे दित्ती सी। सिद्धू अटारी बॉर्डर राही सीधा अमृतसर पहुंचे सन अते चोण प्रचार शुरू कर दिता। चोण विच 20 तों 20 घट दिन रह गए सी। इस तों इलावा सिद्धू कपिल शर्मा के कॉमेडी शो समेत कई कॉमेडी शोज के लंबे समय तक जज रहे। यही नहीं, सिद्धू रियलिटी शो बिग बॉस का भी हिस्सा रह चुके ने। हुण एक होर ब्रेक लई रुकदे आं ते ब्रेक तो बाद नवजोत सिंह सिद्धू दे हुण तक दे सियासी सफर दे बारे जाणांगे। नवजोत सिंह सिद्धू क्रिकेट तो बाद सियासी पिच ते भी खूब नाम ना खटिया। सिद्धू ने अपने सियासी जीवन दौरान काफ़ी उतार चढ़ाव भी वेखे। खासकर कांग्रेस पार्टी ज्वाइन करने बाद कैप्टन सरकार च नवजोत सिद्धू सब तो बाद चर्चा चाई। अजिहे च नवजोत सिंह सिद्धू दे हुण तक दे सियासी जीवन दे बारे जानते हैं। योद्धा वही जो जूझे रण के अंदर, मित्र वही जो समय पे काम आए, योगी यति मानव की मति, सत्य के मार्ग पे चल के ही परम पद पाए। ओ सिद्धू जिन्हां दा खटैक क्रिकेट दे मैदान तो लैके सियासत दी पिच ते गूंजिया, इत्थों तक कि इस खटैक ने गुआंढी मुल्क पाकिस्तान विच भी धमाल पाई। पहला असीं सिद्धू दे राजनीतिक सफर ते इक नज़र मारदे हां। नवजोत सिद्धू दा सियासी सफर। नवजोत सिद्धू ने सियासी करियर की शुरुआत साल 2004 विच कीती। अमृतसर लोक सभा सीट तो सिद्धू ने बीजेपी की टिकट से चोण लड़ी। सिद्धू ने कांग्रेस के RL पार्टियां लोक सभा चोण च हराया। 2007 विच सिद्धू ने बीजेपी की टिकट तो अमृतसर तो लोक सभा की जिमनी चोण लड़ी। नवजोत सिंह सिद्धू ने इस चोण च सुरेंद्र सिंगला नूं हराया। 2009 विच सिद्धू ने फिर अमृतसर लोक सभा सीट तो चोण लड़ी। नवजोत सिद्धू ने इस चोण च कांग्रेस के OP सोनी नूं हराया। 2014 विच बीजेपी ने सिद्धू का टिकट कट के अरुण जेतली नूं दिता।
नवजोत सिंह सिद्धू नूं बीजेपी ने राज्यसभा भेजिया। साल 2016 विच सिद्धू ने राज्यसभा तों अस्तीफा दे दिता। नवजोत सिंह सिद्धू ने बीजेपी नूं भी अलविदा बोल दिता। इस दौरान नवजोत सिद्धू दे आम आदमी पार्टी नाल जाण दे चर्चे चले। चंडीगढ़ विच सिद्धू दे नाम हेठ आवाज़ ए पंजाब मोर्चा भी बनिया। साल 2017 विच नवजोत सिंह सिद्धू कांग्रेस विच शामिल हो गए। सिद्धू की टिकट कट्टण नूं अकाली दल दी सियासी चाल कहा गया। 2012 दी अकाली बीजेपी सरकार विच बादलां नाल सिद्धू जोड़ी दी नहीं बनी। मैडम सिद्धू नूं अकाली बीजेपी सरकार चुंदिया अपनी सरकार खिलाफ धरने प्रदर्शन करने पे। अकाली दल सिद्धू नूं अमृतसर तों दूर करना चाहुंदा सी। अकाली दल नूं सिद्धू तों सियासी खतरा सी। आता तो कई भी थी जो वनवास भेजती थी, अपनी जड़ से दूर करती थी, घर से बाहर भेजती थी, ठीक नहीं थी वो वनवास भेजती थी और माता कौशल्या वापस बुला के विश्वास का सद्दा भेजती थी। पंजाब वाकिफ है कि मंथरा का रोल किसने निभाया पंजाब में, कौन उकसाता था, कौन साजिशें करता था और कौन सिद्धू को वहां देख के असुरक्षित महसूस करता था। परिणाम मात्र है, उसका असली कारण साधन है। मैं आम आदमी पार्टी के पास गया, उनकी मंशा उनकी नीयत साफ नहीं थी, मेरी नीयत साफ थी। ठीक, उसके बाद और उसके पहले भी कांग्रेस बाहें खोल के मुझे बुला रही थी। एक बार मैं प्रियंका जी से मिला, मुझे लगा यही वो जगह है जो मुझे बार बार पुकार रही थी और यहां नीयत बिल्कुल साफ है और मंशा बड़ी साफ है। ऐसा क्या कह दिया था प्रियंका ने आपसे? सिंपल उन्होंने कहा, देखो एक बात समझ लो, सिस्टम में जाए बिना तुम सिस्टम को साफ नहीं कर सकते। बाहर से देख के मूक दर्शक बन के एक शो पीस बन के आप पंजाब को नहीं संवार सकते। ये उन्हीं की प्रेरणा थी और राहुल भाई ने भी ये कहा कि इफ यू वांट पंजाब टू कम अप यू हैव टू एक्चुअली स्लॉग इट आउट। स्वर्ग जाने के लिए मरना पड़ता है दोस्त। कांग्रेस में नवजोत सिद्धू का स्वागत कैप्टन अमरिंदर सिंह ने भी किया। हालांकि विरोधियों ने भी सिद्धू नूं उन्हां दे पुराने दिन याद करवाउण च देर ना लाई। कांग्रेस को वो कहती थी मुन्नी से भी ज्यादा बदनाम है। मोदी साहब को कहते थे कि ये देश को सोने की चिड़िया बनाना चाहते हैं और सर मनमोहन सिंह इसको सोनिया की चिड़िया बनाना चाहती है। मुझे हैरानी है कि सिद्धू साहब को शर्म नहीं आ रही है, लेकिन इसको वो घर वापसी कह रहे हैं। मुबारक है सिद्धू साहब को जो ये उनको घर वापसी लगती है। इस सब आड़ में है कि आज तक सिद्धू तो बाद बीजेपी अमृतसर लोकसभा सीट नहीं जीत सकी। साल 2017 विच कांग्रेस हाईकमांड ने नवजोत सिद्धू नूं पार्टी च लिया। सिद्धू अमृतसर ईस्ट तो विधानसभा चोण लड़े और जीत हासिल की। कैप्टन सरकार विच नवजोत सिद्धू नूं कैबिनेट मंत्री बनाया गया। सरकार विच शरिया कैप्टन सिद्धू च मतभेद सामने आए। सीएम कैप्टन ने नवजोत सिद्धू का मंत्रालय बदल दिता। सिद्धू ने मंत्रालय संभालने की बजाय राहुल गांधी नूं अस्तीफा भेज दिता। 14 जुलाई नूं सिद्धू ने अपना अस्तीफा जग जाहर कर दिता। सिद्धू ने कैप्टन नूं भी अपना अस्तीफा भेजिया जिस नूं प्रवान कर लिया गया। नवजोत सिद्धू ने कैप्टन की कैबिनेट छड़न तो बाद सरकारी कोठी भी खाली करन च देर ना लाई। नवजोत सिद्धू अपना समान कोठी चो समेट के उसे अमृतसर शहर वापस मुड़ गए जिथों उन्हें कदे अपने सियासी जीवन की शुरुआत की सी। रोडरेज मामला ही नहीं, तत्काली पाकिस्तानी आर्मी चीफ बाजवा नूं जफी। नवजोत सिंह सिद्धू कई विवादों के भी रहे, खासकर पंजाब कांग्रेस के नवजोत सिंह सिद्धू की सब तो वध धूती बोली कैप्टन ही नहीं सिद्धू चन्नी उपर भी भारी पे। कैप्टन अमरिंदर सिंह के नाल मतभेद के चलद नवजोत सिद्धू ने जुलाई 2019
कैप्टन की कैबिनेट छड़न बाद अमृतसर शहर वापसी कर ली सी। एक तरह नाल अपनी ही सरकार तो किनारा करने के बावजूद सिद्धू चोपना बैठी। उन्होंने उस समय अपनी ही सरकार नू कई मुद्दों उपर घेरिया। इन्हां दे विच मुख तौर ते बेअदबी अते गोलीकांड मामले च इंसाफ होवे, ड्रग समगलरां खिलाफ कार्रवाई होवे, बिजली खरीद समझौते रद्द होण, रेते दी माइनिंग उपर पॉलिसी बने, शराब की विक्री लई कारपोरेशन बने। अपने इन्हां मुद्दों नूं लैके सिद्धू ने अपनी ही सरकार खिलाफ आडा लाई रखिया। अखीर हाईकमान ने दिल्ली विच पंजाब दी लीडरशिप नाल कई बैठकां कीतियां। नतीजा नवजोत सिद्धू नूं पंजाब कांग्रेस का प्रधान बना दिता गया। 18 जुलाई 2021 नवजोत सिद्धू पंजाब कांग्रेस के प्रधान बने सन। 23 जुलाई 2021 प्रधान वजो सिद्धू की ताजपोशी हुई सी। पंजाब कांग्रेस की प्रधानगी मिलने बाद सिद्धू ने उस समय अपनी ही कैप्टन सरकार खिलाफ हमले होर तेज कर दिए। नतीजा कांग्रेस का कलेष सड़क उत्ते आया। कैप्टन नूं कुर्सी तो लांबे करन लई भी पंजाब कांग्रेसी लीडरां ने एक दूजे की जम के खिली उड़ाई। उस समय एक धड़ा कैप्टन का सी ते दूजा धड़ा कैप्टन नूं हटाउण की पैरवी करन वाला सी। अखीर कैप्टन अमरिंदर सिंह ने 18 सितंबर 2021 अस्तीफा दे दिता सी। 20 सितंबर 2021 चरणजीत सिंह चन्नी सीएम बने सन। इस पूरे घटनाक्रम का केंद्र बिंदु नवजोत सिद्धू ही रहे। कैप्टन नूं आउट करन बाद लग रहा सी कि शायद कांग्रेस पंजाब विधानसभा चोणां 2022 तो पहला संभल जावे, पर अजिहा नहीं होया। नवजोत सिद्धू दे मतभेद उस समय चरणजीत चन्नी नाल भी सामने आए। गल कि सिद्धू इकले कैप्टन ही नहीं, चन्नी उपर भी भारी पए सन। उस समय DGP अते AG दी नियुक्ति लई सिद्धू ने चन्नी नूं बैकफुट ते तक दिता सी। 28 सितंबर 2021 पंजाब कांग्रेस दे प्रधान अहुदे तो नवजोत सिद्धू ने अस्तीफा दिता सी। अखीर दिल्ली विच कई दौर दीआं बैठकां बाद सिद्धू ने प्रधान वजो कामकार मुड़ संभालिया सी। कांग्रेस दे इस कलेश दौरान पंजाब विधानसभा चोणां 2022 दा समां करीब आ गया। विधानसभा चोणां तो पहला भी जेकर सब तो वध कुछ चर्चा विच रहा सी ओह पंजाब कांग्रेस दा कलेश ही सी। जदों चोणां विच महज कुछ ही दिन बचे सन उस समय कांग्रेस वल्लों मुख्यमंत्री चेहरे नूं लै के कांग्रेस लीडर आमो सामने सन। कोई चन्नी दा पक्ष लै रहा सी अते कोई सिद्धू दा। सीएम चेहरे वजो चन्नी दे नाम दे ऐलान बाद भी यह धड़ेबंदी ज्यों दी त्यों रही, जिसका खमियाजा पार्टी नूं चोणां विच भुगतना पिया। आम आदमी पार्टी की झोली हनेरी विच अमृतसर ईस्ट तो नवजोत सिद्धू विधानसभा चोण हार गए। शर्मनाक हार बाद कांग्रेस हाईकमान ने नवजोत सिद्धू तो अस्तीफा मंग लिया सी। नवजोत सिद्धू ने भी अपना अस्तीफा हाईकमान नूं भेजने विच देर न लाई। हाईकमान ने पंजाब कांग्रेस का प्रधान अमरिंदर सिंह राजा वड़िंग नूं थापिया। सिद्धू के नवे प्रधान नाल भी करीब करीब सुर न मिली और नवजोत सिद्धू अपनी डफली अलग तो बजाते रहे। इस दौरान BJP ने पंजाब कांग्रेस विच वड्डी सन लाई। नतीजा कई कांग्रसी BJP विच शामिल हो गए। इन्हां हालातों में 2024 दीआं लोकसभा चोणां खासकर पंजाब कांग्रेस लई वड्डी चुनौती रहण वालियां ने। फिलहाल दे लई इन्हां ही देश दुनिया दीआं तमाम खबरां वेखण लई तुसीं वेखदे रहो ABP सांझा।